महज 14 मिनट दी विधानसभा की कार्रवाई तो कार्रवाई उस तो बाद खत्म, उस तो बाद कोई कम नहीं, लेकिन विधायकों अज के दिन के भी पूरे पैसे मिलने, पूरा TA DA मिलना, इसी लैके अमन अरोड़ा आम आदमी पार्टी के विधायक उन्होंने तो अपना TA DA अज सरेंडर कर दिता है। साढ़े नाल हैगे ने अमन अरोड़ा जी, गल करते हैं अमन जी, ਕਿੰਨਾ ਖਰਚਾ ਬੰਦਾ, ਕਿੰਨਾ TA DA ਬੰਦਾ ਜਿਹੜਾ ਤੁਸੀਂ ਇਹ ਸਰੈਂਡਰ? ਨਹੀਂ ਦੇਖੋ, ਇਹ ਤਾਂ ਨਹੀਂ ਮੈਨੂੰ ਪਤਾ ਹੈਗਾ ਕਿੰਨਾ ਬਣਦਾ, ਇਹ ਤਾਂ ਸੈਕਟਰੀ ਮੈਡਮ ਨੂੰ ਜਿਹੜੇ ਵਿਧਾਨ ਸਭਾ ਦੇ ਨੇ ਉਹਨਾਂ ਨੂੰ ਪਤਾ ਹੋਏਗਾ, ਜਾਂ ਜਿਹੜੇ TA DA ਬ੍ਰਾਂਚ ਹੈ ਉਹਨਾਂ ਨੂੰ ਪਤਾ ਹੋਏਗਾ। ਪਰ ਡੈਫੀਨੇਟਲੀ ਮੈਂ ਇੰਨਾ ਮੰਨ ਕੇ ਚੱਲਦਾ ਕਿ ਨੋ ਵਰਕ ਨੋ ਅਲਾਉਂਸ। ਜਦੋਂ ਕੋਈ ਪੰਜਾਬ ਦਾ ਕੰਮ ਹੀ ਨਹੀਂ ਕੀਤਾ ਹੈਗਾ, ਅੱਜ ਅਸੀਂ ਕੋਈ ਪੰਜਾਬ ਦਾ ਮੁੱਦਾ ਹੀ ਡਿਸਕਸ ਨਹੀਂ ਕੀਤਾ ਹੈਗਾ, ਕੋਈ ਮਸਲਾ ਹੱਲ ਹੀ ਨਹੀਂ ਕੀਤਾ ਹੈਗਾ, ਤਾਂ ਕਾਹਦੇ ਪੈਸੇ ਲਵਾਂ? ਮੇਰੀ ਜ਼ਮੀਰ ਇਸ ਗੱਲ ਦੀ ਨੂੰ ਅਲਾਓ ਨਹੀਂ ਕਰਦੀ ਹੈਗੀ। ਸੋ ਇਸ ਕਰਕੇ ਮੈਂ ਜਿਹੜਾ ਅੱਜ ਦਾ TA DA ਹੈ ਉਹ ਸਪੀਕਰ ਸਾਹਿਬ ਕੋਲ ਸਰੈਂਡਰ ਕਰਕੇ ਆਇਆ, ਔਰ 2.5 ਲੱਖ ਦਾ ਕਰਜ਼ਾ ਹੀ ਪੰਜਾਬ ਹੋਇਆ ਪਿਆ। ਇੱਕ ਦਿਨ ਦੇ ਉੱਪਰ 70 ਲੱਖ ਰੁਪਇਆ ਜਿਹੜਾ ਉਹ ਖਰਚ ਹੁੰਦਾ ਮੁੱਖ ਮੰਤਰੀ ਸਾਹਿਬ ਦੇ ਮੁਤਾਬਕ, ਫਿਰ ਕੰਮ ਨਾ ਕਰਨਾ ਮੈਂ ਸਮਝਦਾ ਕਿ ਲੋਕਾਂ ਦੇ ਨਾਲ ਧੱਕਾ ਹੈ। ਮੇਰੇ ਕੋਲ ਰਿਕਾਰਡ ਹੈ 1948 ਤੋਂ ਲੈ ਕੇ 1979 ਤੱਕ ਰੈਗੂਲਰਲੀ ਸ਼ਰਧਾਂਜਲੀਆਂ ਵਾਲੇ ਦਿਨ ਹੈ ਜਿਹੜਾ ਕੰਮ ਹੁੰਦਾ ਰਿਹਾ। ਯੈਸ ਯੈਸ ਤੁਸੀਂ ਦੇਖ ਰਹੇ ਹੋ, ਉਸ ਤੋਂ ਬਾਅਦ ਕੰਮ ਘਟਦਾ ਗਿਆ, ਯੈਸ ਨੋ, ਕਦੇ ਹੋਇਆ ਕਦੇ ਨਾ ਹੋਇਆ। ਅਤੇ 2003 ਤੋਂ ਬਾਅਦ ਤਾਂ ਪੱਕਾ ਹੀ ਭੋਗ ਹੈ ਜਿਹੜਾ ਉਹ ਇਹਨਾਂ ਰਿਚ ਪਰੰਪਰਾਵਾਂ ਦਾ ਪਾ ਦਿੱਤਾ ਗਿਆ, ਅਤੇ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਰਿਹਾ ਹੈਗਾ। ਮੈਂ ਇਹ ਮੰਨ ਕੇ ਚੱਲਦਾ ਕਿ ਆਪਣੇ ਹੱਕ ਹਲਾਲ ਦੀ ਜਿਹੜੀ ਕਮਾਈ ਹੈ ਉਹ ਖਾਣੀ ਚਾਹੀਦੀ ਹੈ, ਅਤੇ ਜਦੋਂ ਕੰਮ ਕੋਈ ਨਹੀਂ ਕੀਤਾ ਹੈਗਾ ਸੋ ਮੇਰੀ ਆਤਮਾ ਨਹੀਂ ਮੰਨਦੀ ਹੈਗੀ, ਇਸ ਕਰਕੇ ਮੈਂ ਸਰੈਂਡਰ ਕਰਕੇ ਆਇਆ। ਤੁਸੀਂ ਹੀ ਸਰੈਂਡਰ ਕੀਤਾ ਕਿ ਤੁਹਾਡੇ ਹੋਰ ਵਿਧਾਇਕ? ਨਹੀਂ, ਮੇਰੀ ਹੋਰ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਹੋਈ ਸੀ। ਮੈਂ ਆਪਦੀ ਜ਼ਮੀਰ, ਆਪਦੇ ਦਿਲ, ਆਪਦੀ ਆਤਮਾ ਮੁਤਾਬਕ ਚੱਲਦਾ। ਮੇਰਾ ਦਿਲ ਮੈਂ ਨਹੀਂ ਮੰਨਦਾ ਸੀਗਾ, ਮੈਂ ਕਰਤਾ ਸਰੈਂਡਰ। ਅਮਨ ਜੀ, ਕਿਹੜੇ ਮੁੱਦੇ ਹੈਗੇ ਜਿਹੜੇ ਤੁਸੀਂ ਲੈ ਕੇ ਸਦਨ ਦੇ ਵਿੱਚ ਪਹੁੰਚੇ? ਨਹੀਂ ਦੇਖੋ, ਇਹ ਤਾਂ ਜਿਹੜੇ ਇਸ਼ੂਜ਼ ਨੇ, ਇਸ਼ੂਜ਼ ਪੰਜਾਬ ਦੇ ਵਿੱਚ ਇੱਟ ਚੱਕਿਆ ਇਸ਼ੂ ਹੈ, ਅੱਜ ਬੇਅਦਬੀ ਦਾ ਇਸ਼ੂ ਹੈ, ਅੱਜ 2.5 ਲੱਖ ਕਰੋੜ ਦੇ ਕਰਜ਼ੇ ਦਾ ਇਸ਼ੂ ਹੈ, ਇੰਡਸਟਰੀ ਦਾ ਇਸ਼ੂ ਹੈ, ਪੰਜਾਬ ਦੇ ਹਾਲਾਤ ਨੇ, ਜਿਹੜੇ ਲਾਅ ਐਂਡ ਆਰਡਰ ਦਾ ਇਸ਼ੂ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਡਰੱਗਜ਼ ਹੈ ਜਿਹੜਾ ਉਹ ਘਰ ਘਰ ਪਹੁੰਚ ਗਿਆ, ਉਹਦੇ ਕਰਕੇ ਡੈਥਸ ਹੋ ਰਹੀਆਂ ਨੇ, ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰ ਸਾਲ 1.25 ਫੁੱਟ ਨੀਚੇ ਜਾ ਰਿਹਾ, ਬਿਜਲੀ ਸਭ ਤੋਂ ਮਹਿੰਗੀ ਹੈ ਪੰਜਾਬ ਦੇ ਵਿੱਚ, ਇਸ਼ੂਜ਼ ਬੇਇੰਤਿਹਾ ਨੇ। ਪਰ ਜਦੋਂ ਸਰਕਾਰ ਸੁਣਨਾ ਹੀ ਨਹੀਂ ਚਾਹੁੰਦੀ, ਹੱਲ ਹੀ ਨਹੀਂ ਕਰਨਾ ਚਾਹੁੰਦੀ ਹੈਗੀ, ਤਾਂ ਫਿਰ ਕੀ ਕਰ ਸਕਦੇ ਹਾਂ? BAC ਦੀ ਮੀਟਿੰਗ 'ਚ ਫੈਸਲਾ ਲੈ ਗਿਆ ਸਮਾਂ ਨਹੀਂ ਵਧਾਇਆ ਜਾਏਗਾ, ਕਿਉਂਕਿ ਸਪੀਕਰ ਸਾਹਿਬ ਦਾ ਕਹਿਣਾ ਹੈ ਕਿ ਬਿਜ਼ਨਸ ਹੀ ਨਹੀਂ ਹੈ, ਇਹ ਕੀ ਮੁੱਦੇ ਬਿਜ਼ਨਸ ਨਹੀਂ ਹੈਗੇ। ਮੈਂ ਉਹੀ ਤਾਂ ਗੱਲ ਉਹਨਾਂ ਨਾਲ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੈਂ ਉਹਨਾਂ ਨਾਲ ਕਰਕੇ ਆਇਆ ਕਿ ਕੀ ਤੁਸੀਂ ਸਿਰਫ ਸਰਕਾਰ ਦੇ 2 ਬਿੱਲਾਂ ਨੂੰ ਬਿਜ਼ਨਸ ਮੰਨਦੇ ਹੋ? ਜਿਹੜੇ ਅਸੀਂ 125 ਸਵਾਲ ਲਾਏ ਹੋਏ ਨੇ ਆਮ ਆਦਮੀ ਪਾਰਟੀ ਨੇ, ਕੀ ਉਹ ਬਿਜ਼ਨਸ ਹੀ ਹੈਗੇ, ਕਿ ਉਹ ਲੋਕਾਂ ਦੇ ਮੁੱਦੇ ਨਹੀਂ ਹੈਗੇ? ਸਾਡੀਆਂ ਮੇਰੀਆਂ ਆਪਣੀਆਂ 6 ਕਾਲ ਅਟੈਂਸ਼ਨ ਮੋਸ਼ਨਸ ਨੇ, 2 ਦਿਨਾਂ ਦੇ ਵਿੱਚ 6 ਹੀ ਲੱਗਣੀਆਂ ਨੇ, ਬਾਕੀ 116 MLAs ਦੀਆਂ ਉਹ ਕਿੱਧਰ ਜਾਣਗੀਆਂ? ਜਲ ਕੇ ਮਾਸ ਰਿਜੈਕਸ਼ਨਸ ਨੇ ਜਿਹੜੀਆਂ ਉਹ ਕਰ ਦਿੰਦੇ ਨੇ, ਪਰ ਕਿਉਂਕਿ ਸਰਕਾਰ ਕੰਮ ਨਹੀਂ ਕਰਨਾ ਚਾਹੁੰਦੀ ਹੈਗੀ, ਸੁਣਨਾ ਨਹੀਂ ਚਾਹੁੰਦੀ ਹੈਗੀ, ਸੋ ਇਸ ਕਰਕੇ ਉਹ ਲੋਕਾਂ ਤੋਂ ਅੱਖਾਂ ਚੁਰਾ ਕੇ ਭੱਜਦੇ ਨੇ, ਇਸ ਕਰਕੇ ਸੈਸ਼ਨ ਛੋਟਾ ਰੱਖਦੇ ਨੇ। ਥੈਂਕ ਯੂ ਜੀ। ਬਿਲਕੁਲ, ਇਹ ਸੀਗੇ ਅਮਨ ਅਰੋੜਾ ਜਿਨ੍ਹਾਂ ਨੇ ਸਾਫ਼ ਕਿਹਾ ਕਿ ਇਹਨਾਂ ਨੇ ਤਾਂ ਆਪਣਾ ਅੱਜ ਦਾ ਜਿਹੜਾ ਬੰਦਾ TA DA ਹੈ ਉਹ ਸਰੈਂਡਰ ਕਰ ਦਿੱਤਾ ਸਪੀਕਰ ਸਾਹਿਬ ਨੂੰ ਮਿਲ ਕੇ। ਇਹਨਾਂ ਵੱਲੋਂ ਕਿਹਾ ਗਿਆ ਕਿ ਖੁਦ ਮੁੱਖ ਮੰਤਰੀ ਨੇ ਇਹ ਸਦਨ ਦੇ ਵਿੱਚ ਮੰਨਿਆ ਸੀਗਾ ਕਿ ਇੱਕ ਦਿਨ ਦਾ ਸਦਨ ਦਾ ਖਰਚਾ 70 ਲੱਖ ਰੁਪਏ 'ਤੇ ਬੈਠਦਾ, ਤਾਂ ਯਾਨੀ ਕਿ ਅੱਜ ਜਿਹੜਾ ਇਹਨਾਂ ਦੇ ਉੱਤੇ ਖਰਚਾ ਸੀਗਾ TA DA ਜਿਹੜਾ ਬੰਦਾ ਸੀ, ਇਹਨਾਂ ਨੇ ਤਾਂ ਆਪਣਾ ਸਰੈਂਡਰ ਕਰਤਾ, ਕਿਉਂਕਿ ਇਹ ਜਿਹੜੀ ਇੱਕ ਨਵੀਂ ਪਿਰਤ ਜਿਹੜੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ੁਰੂ ਕੀਤੀ ਗਈ ਕਿ ਸ਼ਰਧਾਂਜਲੀਆਂ ਵਾਲੇ ਦਿਨ ਕੋਈ ਬਿਜ਼ਨਸ ਨਹੀਂ ਹੋਏਗਾ, ਕੋਈ ਕੰਮ ਨਹੀਂ ਹੋਏਗਾ, ਉਹ ਕਿਸ ਲਈ ਉਹ ਜਿਹੜਾ ਜਨਤਾ ਦਾ ਪੈਸਾ ਹੈ ਉਹ ਕਿਉਂ ਖਰਚਾ ਜਾਏ, ਇਹਨਾਂ ਨੇ ਤਾਂ ਆਪਣਾ ਜਿਹੜਾ ਜ਼ਮੀਰ ਦੇ ਮੁਤਾਬਕ ਆਪਣਾ ਜਿਹੜਾ TA DA ਵਾਪਸ ਕੀਤਾ, ਤਾਂ ਇਹੀ ਮੰਗ ਕੀਤੀ ਕਿ ਹੋਰ ਵੀ ਜਿਹੜੇ ਵਿਧਾਇਕ ਹੈ ਉਹ ਆਪਣਾ TA DA ਸਰੈਂਡਰ ਕਰਨ, ਤਾਂ ਕਿ ਜਿਹੜੀ ਇਹ ਪੰਜਾਬ ਦੀ ਆਰਥਿਕ ਹਾਲਤ ਹੈ, ਜਿਹੜਾ ਵਿੱਤੀ ਘਾਟ ਹੈ, ਉਸ 'ਤੇ ਬੋਝ ਥੋੜ੍ਹਾ ਜਿਹਾ ਘੱਟ ਪਾਇਆ ਜਾ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।